ਕਿੱਥੇ ਕੀਤੀ ਸੀ? 24-25 ਦੀ ਦਰਮਿਆਨੀ ਰਾਤ ਨੂੰ ਇੱਕ ਵਾਰਦਾਤ ਸਾਡੇ ਸ਼ਹਿਰ ਵਿੱਚ ਹੋਈ ਸੀਗੀ, ਜਿਹਦੇ ਵਿੱਚ ਇੱਕ ਮੋਬਾਈਲ ਦੁਕਾਨ ਜਿਹੜੀ ਹੈਗੀ ਹੈ, ਹਿਤਾਸ਼ੀ ਮੋਬਾਈਲ ਜਿਹੜੀ ਹੈ, ਉੱਥੇ ਰਾਤ ਨੂੰ ਬੰਦੇ ਦੋ ਚੋਰ ਆ ਕਰਕੇ ਮੋਟਰਸਾਈਕਲ 'ਤੇ ਉਹਨਾਂ ਨੇ ਸਾਰਾ ਸਮਾਨ ਜਿਹੜਾ ਸੀ, ਜਿਵੇਂ ਮੋਬਾਈਲ ਸੀਗੇ, ਇੱਕ ਲੈਪਟਾਪ ਹੋ ਗਿਆ ਔਰ ਨਾਲ ਇੱਕ ਸਾਊਂਡ ਬਾਕਸ ਸੀਗਾ ਜਿਹੜਾ ਕਰੀਬ 35 ਲੱਖ ਦਾ ਜਿਹੜਾ ਐਸਟੀਮੇਟ ਸਾਨੂੰ ਦੱਸਿਆ ਸੀਗਾ ਸ਼ੋਪਕੀਪਰ ਨੇ, ਉਹ ਚੋਰੀ ਕਰਕੇ ਲੈ ਗਏ ਸੀਗੇ। ਉਹਦੇ 'ਚ ਸਾਡੀ 25 ਜਿਹੜੀ ਹੈਗੀ ਹੈ ਲਗਾਤਾਰ ਸਾਡੀ ਟੀਮ ਨੇ ਕੀਤੀ ਹੈਗੀ ਹੈ। ਉਹਦੇ 'ਚ SPD ਸਾਹਿਬ ਦੀ ਸਿੱਟ ਵੀ ਬਣਾਈ ਗਈ ਸੀ, ਜਿਹਦੇ 'ਚ DSPD, DSP ਰੋਪੜ, SHO ਸਿਟੀ ਅਤੇ ਨਾਲ 4 CIA ਜਿਹੜੇ ਹੈਗੇ ਸਿੱਟ ਮੈਂਬਰ ਸੀਗੇ। ਕਾਫੀ ਚੰਗੀ ਇਹਨਾਂ ਨੇ ਤਫਤੀਸ਼ ਕੀਤੀ ਹੈਗੀ ਆ, ਡੂੰਘਾਈ ਦੇ ਨਾਲ ਤਫਤੀਸ਼ ਕਰਦੇ ਹੋਏ ਜਿਹੜੇ ਪੁਰਾਣੇ ਕ੍ਰਿਮੀਨਲ ਸੀਗੇ ਸਾਡੇ ਇਲਾਕੇ ਦੇ, ਜਾਂ ਜਿਨ੍ਹਾਂ ਨੇ ਪਹਿਲਾਂ ਇੱਥੇ ਵੀ ਚੋਰੀ ਕੀਤੀਆਂ ਜਾਂ ਇਸੇ ਟਾਈਪ ਦੀਆਂ ਵਾਰਦਾਤਾਂ ਕੀਤੀਆਂ ਸੀਗੀਆਂ। ਕਰੀਬ 30 ਦੇ ਕਰੀਬ ਆਪਾਂ ਕ੍ਰਿਮੀਨਲਸ ਨੂੰ ਸ਼ਾਮਿਲ ਤਫਤੀਸ਼ ਕੀਤਾ, ਹੋਰ ਵੀ ਵੱਖ ਵੱਖ ਐਂਗਲਸ ਤੋਂ ਆਪਾਂ ਇਹਦੀ ਤਫਤੀਸ਼ ਕਰਦੇ ਰਹੇ ਹੈਗੇ, ਔਰ ਕੱਲ੍ਹ ਸਾਨੂੰ ਕਾਫੀ ਚੰਗੀ ਜਿਹੜੀ ਹੈਗੀ ਇਹਦੇ ਵਿੱਚ ਇੱਕ ਲੀਡ ਮਿਲੀ ਔਰ ਸਾਨੂੰ ਸਫਲਤਾ ਵੀ ਮਿਲੀ ਹੈਗੀ ਹੈ, ਜਿਹਦੇ 'ਚ ਅਸੀਂ ਸਾਰੇ ਜਿੰਨੇ ਵੀ ਮੋਬਾਈਲ ਚੋਰੀ ਹੋਏ ਸੀਗੇ 136 ਮੋਬਾਈਲ ਉਹ ਆਪਾਂ ਰਿਕਵਰ ਕਰ ਲਏ, ਜਿਹਦੇ 'ਚ 42 ਨਵੇਂ ਮੋਬਾਈਲ ਹੈਗੇ ਨੇ ਔਰ 94 ਪੁਰਾਣੇ ਮੋਬਾਈਲ ਹੈਗੇ ਨੇ। ਇੱਕ ਲੈਪਟਾਪ ਜਿਹੜਾ ਚੋਰੀ ਹੋਇਆ ਸੀਗਾ ਉਹ ਵੀ ਆਪਾਂ ਬਰਾਮਦ ਕਰ ਲਿਆ ਹੈਗਾ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਗੱਡੀ ਚੋਰੀ ਕੀਤੀ ਸੀਗੀ i10, ਉਹ ਵੀ ਆਪਾਂ ਬਰਾਮਦ ਕਰ ਲਈ ਹੈਗੀ ਹੈ। ਔਰ ਜਿਹੜਾ ਸਮਾਨ ਇਹ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਤੋੜਨ ਵਾਸਤੇ, ਹਾਈਡ੍ਰੋਲਿਕ ਕਟਰ, ਪਲਾਜ਼ਮਾ ਕਟਰ ਔਰ ਇੱਕ ਜਿਹੜਾ ਇਹਨਾਂ ਦੇ ਕੋਲੋਂ ਦੇਸੀ ਕੱਟਾ ਵੀ ਬਰਾਮਦ ਹੋਇਆ 32 ਬੋਰ ਦਾ, ਜਿਹਦੇ ਨਾਲ ਕੁਝ ਜ਼ਿੰਦਾ ਰਾਉਂਡ ਵੀ ਸਾਨੂੰ ਬਰਾਮਦ ਹੋਏ ਹੈਗੇ ਔਰ ਇੱਕ ਦਾਤਰ, ਇਹ ਆਪਾਂ ਬਰਾਮਦ ਕਰ ਲਿਆ। ਜਿਹੜੇ ਦੋਨੋਂ ਬੰਦੇ ਇਨਵੋਲਵ ਸੀਗੇ ਇਸ ਕ੍ਰਾਈਮ ਵਿੱਚ, ਰਜਿੰਦਰ ਸਿੰਘ ਔਰ ਰਾਜੂ ਅਤੇ ਕਰਨਜੀਤ ਸਿੰਘ, ਇਹ ਦੋਨੋਂ ਕੋਟਲਾ ਨਿਹੰਗ ਦੇ ਰਹਿਣ ਵਾਲੇ ਹੈਗੇ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਸ ਤੋਂ ਇਲਾਵਾ ਵੀ ਇਹਨਾਂ ਤੋਂ ਜਿਹੜਾ ਹੈਗਾ ਆਪਾਂ ਪੇਸ਼ ਕਰਾ ਕੇ ਅਦਾਲਤ ਵਿੱਚ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰਾਂਗੇ ਕਿ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਨੇ, ਤਾਂ ਜੋ ਆਪਾਂ ਹੋਰ ਵੀ ਜਿਹੜੇ ਇਹਨਾਂ ਨੇ ਕ੍ਰਾਈਮ ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਟਰੇਸ ਕਰ ਸਕੀਏ। ਇਹਨਾਂ 'ਤੇ ਕੋਈ ਵੀ FIR ਨਹੀਂ ਹੈਗੀ, ਇਹਨਾਂ ਦੇ ਕ੍ਰਿਮੀਨਲ ਰਿਕਾਰਡ ਸਾਡੇ ਜਿਹੜਾ ਰਿਕਾਰਡ ਮੁਤਾਬਿਕ ਕਲੀਨ ਹੈਗਾ, ਬਟ ਫਿਰ ਵੀ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਡਿਟੇਲ ਹਾਸਲ ਕਰ ਰਹੇ ਹੈਗੇ ਹਾਂ, ਤਾਂ ਜੋ ਵੀ ਕੋਈ ਕ੍ਰਿਮੀਨਲ ਰਿਕਾਰਡ ਕਿਸੇ ਹੋਰ ਜ਼ਿਲ੍ਹੇ ਵਿੱਚ ਹੈਗਾ ਹੈ ਔਰ ਸਾਨੂੰ ਇਨਫੋਰਮ ਨਹੀਂ ਕੀਤਾ ਗਿਆ ਉਹਨੂੰ ਵੀ ਆਪਾਂ ਦੇਖ ਸਕੀਏ। ਪੜ੍ਹੇ ਲਿਖੇ ਕਿ ਨਹੀਂ, ਇਹ ਮਤਲਬ ਯੰਗ ਹੈਗੇ ਨੇ, ਯੂਥ ਹੈਗੇ ਨੇ, ਇੱਕ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇੱਕ ਨੇ ITI ਕੀਤੀ ਹੋਈ ਹੈ ਔਰ 25 ਦੇ ਕਰੀਬ, 25 ਸਾਲ ਦੇ ਕਰੀਬ, 20-25 ਦੇ ਵਿਚਕਾਰ ਹੀ ਇਹਨਾਂ ਦੀ ਉਮਰ ਹੈਗੀ। ਨਹੀਂ, ਇਸ ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ, ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜਿਹੜਾ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੂੰਘਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੈਗੀਆਂ ਨੇ, ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਗੈਂਗ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਹੈ। ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ? ਦੇਖੋ ਜੀ, ਇਹ ਜਿਹੜਾ ਵਾਰਦਾਤ 24-25 ਦੀ ਦਰਮਿਆਨੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ, ਇੱਕ ਤਾਂ ਆਹ ਗੈਂਗ ਸੀਗਾ, ਇੱਕ ਸਵਿਫਟ ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈਗਾ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਰੂਰ ਪੁਲਿਸ ਨੇ ਫੜ ਲਿਆ ਹੈਗਾ। ਉਹਦੇ ਵਿੱਚ 5 ਬੰਦੇ ਸ਼ਾਮਿਲ ਸੀਗੇ ਜਿਹਦੇ 'ਚੋਂ 4 ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੀ ਵੀ ਕੁਝ ਪੜਤਾਲ ਚੱਲ ਰਹੀ ਹੈ, ਉਹਨਾਂ ਦਾ ਆਪਾਂ ਪੁਲਿਸ ਰਿਮਾਂਡ ਇੱਥੇ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਹਾਂ, ਜਦੋਂ ਮਿਲ ਜਾਂਦਾ ਹੈ ਸਾਨੂੰ ਫਿਰ ਆਪਾਂ ਉਹਨਾਂ ਨੂੰ ਲਿਆ ਕਰਕੇ ਇੱਥੇ ਪੁੱਛਗਿੱਛ ਕਰਾਂਗੇ ਉਹਨਾਂ ਦੀ ਅਲੱਗ ਅਲੱਗ ਸ਼ੋਪ 'ਤੇ। ਦੇਖੋ ਜੀ, ਇਹ ਜਦੋਂ ਸਾਨੂੰ FIR ਦਰਜ ਕਰਾਈ ਗਈ ਸੀ ਉਹਦੇ 'ਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ, ਹੀ ਵਾਜ਼ ਨੋਟ ਐਗਜੈਕਟ, ਜਿਹੜਾ ਮੋਬਾਈਲ ਓਨਰ ਸ਼ੋਪ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜੈਕਟਲੀ ਸੀਗੇ, ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਅਜੀ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਇਸੇ ਦੁਕਾਨ ਦੇ ਹੈਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈਗੀ ਚੋਰੀ ਇਹਦੇ ਸਾਹਮਣੇ ਆਉਂਦੀ ਹੈਗੀ, ਬਟ ਇਹ ਤਫਤੀਸ਼ ਵਿੱਚ ਹੀ ਸਾਰਾ ਕੁਝ ਸਾਹਮਣੇ ਆਊ। ਹਜੇ ਤੱਕ ਦੀ ਤਫਤੀਸ਼ ਵਿੱਚ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਹੈ, ਬਟ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ, ਵੀ ਵਿਲ ਲੁੱਕ ਇਨਟੂ ਇਟ। ਸਰ ਜੀ, ਹਾਂਜੀ, ਕੀ ਮਾਮਲਾ ਸਰ? ਕਿ
ਕਿਹੜੇ ਬੰਦੇ ਫੜੇ ਆ, ਕੀ ਚੋਰੀ ਦਾ ਕਿਹੜਾ ਮਾਮਲਾ ਪੇਸ਼ ਹੋਇਆ? ਜਿਵੇਂ ਤੁਹਾਨੂੰ ਪਤਾ ਹੈਗਾ ਕਿ 24-25 ਦੀ ਦਰਮਿਆਨੀ ਰਾਤ ਨੂੰ ਆਪਣੇ ਸ਼ਹਿਰ ਵਿੱਚ ਰੋਪੜ ਸ਼ਹਿਰ ਵਿੱਚ ਬੇਲਾ ਚੌਂਕ ਦੇ ਲਾਗੇ ਇੱਕ ਮੋਬਾਈਲ ਦੀ ਸ਼ੋਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀਗੀ ਔਰ ਦੋ ਚੋਰਾਂ ਨੇ ਜਿਹੜੇ ਮੋਟਰਸਾਈਕਲ 'ਤੇ ਆਏ ਸੀਗੇ ਉਹਨਾਂ ਨੇ ਜਿਹੜਾ ਵੀ ਸਮਾਨ ਸੀਗਾ ਮੋਬਾਈਲ ਕਰੀਬ 120 ਦੇ ਕਰੀਬ ਮੋਬਾਈਲ ਔਰ ਇੱਕ ਲੈਪਟੋਪ ਇੱਕ ਸਾਊਂਡ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ ਇਹਨਾਂ ਦੇ ਅਤੇ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ FIR ਹੋਣ ਤੋਂ ਬਾਅਦ ਜਿਹੜੀ 305-331 BNS ਵਿੱਚ ਆਪਾਂ ਦਰਜ ਕੀਤੀ ਸੀਗੀ ਉਹ ਤੋਂ ਬਾਅਦ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸਿੱਟ ਨੇ ਕੀਤੀ ਹੈਗੀ ਹੈ SPD DSP ਰੋਪੜ DSP SHO ਸਿਟੀ ਅਤੇ ਇੰਚਾਰਜ CIA ਦੀ ਇੱਕ SIT ਵੀ ਬਣਾਈ ਗਈ ਸੀ ਇਸ ਮਾਮਲੇ ਨੂੰ ਲੈ ਕਰਕੇ ਸੰਜੀਵ ਜੀ ਨੂੰ ਦੇਖਦੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਏ ਵਿੱਚ ਪੈਟਰੋਲਿੰਗ ਵੀ ਵਧਾਈ ਸੀਗੀ ਤਾਂ ਜੋ ਜਿਹੜੇ ਬੰਦੇ ਹੈਗੇ ਨੇ ਉਹਨੂੰ ਵੀ ਰੰਗੇ ਹੱਥੀਂ ਵੀ ਫੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਉਰਫ ਰਾਜੂ ਅਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਿਹੰਗ ਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਅਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਾਨ ਜਿਹੜਾ ਹੈਗਾ ਉਹ ਬਰਾਮਦ ਕਰਾਇਆ ਗਿਆ ਜਿਹਦੇ ਵਿੱਚ 42 ਨਵੇਂ ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟੋਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਵਿੱਚ ਇਹਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਹੈ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਪਾੜਨ ਵਾਸਤੇ ਹਾਈਡਰੋਲਿਕ ਕਟਰ ਪਲਾਜ਼ਮਾ ਕਟਰ ਉਹ ਵੀ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਕੱਟਾ ਵੀ ਮਿਲਿਆ ਹੈਗਾ ਔਰ ਜਿੰਦਾ ਰਾਉਂਡ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV YouTube Facebook Instagram X ਔਰ WhatsApp ਚੈਨਲ ਪਰ